ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਫੇਰ ਮੌਜੂਦ ਹਾਂ ਜੀ ਡਾਕਟਰ ਭਾਵਿਤ ਗੋਇਲ ਜੀ ਦੇ ਸਿਟੀ ਕਲੀਨਿਕ ਸਾਹਮਣੇ ਸਿਵਲ ਹੋਸਪਿਟਲ ਬੱਤੀਆਂ ਵਾਲਾ ਚੌਂਕ ਕੋਟਕਪੁਰਾ ਵਿਖੇ। ਅੱਜ ਅਸੀਂ ਫੇਰ ਆਏ ਹਾਂ ਇੱਥੇ ਅਤੇ ਇੱਕ ਪੇਸ਼ੈਂਟ ਦੀ ਹੱਡ ਬੀਤੀ ਤੁਹਾਨੂੰ ਸੁਣਾਉਂਦੇ ਹਾਂ। ਹਾਂਜੀ, ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਜੀ ਹਰਬੰਸ ਸਿੰਘ ਹੈ। ਅਤੇ ਕਿੱਥੋਂ ਆਏ ਹੋ ਜੀ? ਸਮਾਲਸਰ ਤੋਂ ਆਏ ਹਾਂ ਜੀ, ਜ਼ਿਲ੍ਹਾ ਮੋਗਾ ਤੋਂ। ਠੀਕ ਹੈ ਜੀ, ਕੀ ਤਕਲੀਫ ਸੀ ਜੀ ਤੁਹਾਨੂੰ? ਸਾਨੂੰ ਤਕਲੀਫ ਸੀਗੀ, ਮੇਰੇ ਕਬਜ਼ ਬਹੁਤ ਪੁਰਾਣੀ ਰਹਿੰਦੀ ਸੀਗੀ ਅਤੇ ਦੂਸਰਾ ਬਾਥਰੂਮ ਬਹੁਤ ਘੱਟ ਆ ਰਿਹਾ ਸੀਗਾ ਜੀ। ਹਾਂਜੀ। ਤੇ ਪੇਟ ਦੇ ਵਿੱਚ ਮੇਰੇ ਦਰਦ ਹੁੰਦਾ ਰਹਿੰਦਾ ਸੀਗਾ ਜੀ। ਠੀਕ ਹੈ ਜੀ। ਪਾਣੀ ਭਰਿਆ ਸੀਗਾ ਪੇਟ ਦੇ ਵਿੱਚ ਜੀ। ਹਾਂਜੀ। ਤੇ ਇਸ ਕਰਕੇ ਡਾਕਟਰ ਸਾਹਿਬ ਨੂੰ ਮਿਲੇ ਆ ਤਾਂ। ਠੀਕ ਹੈ ਜੀ। ਇਹਨਾਂ ਨੇ ਮੈਨੂੰ ਹੱਥਾਂ ਪੈਰਾਂ ਦੇ ਸੋਜ ਸੀਗੀ ਤੇ ਨੀਂਦ ਕਿਵੇਂ ਆਉਂਦੀ? ਨੀਂਦ ਬਹੁਤ ਘੱਟ ਆਉਂਦੀ ਸੀਗੀ। ਤੇ ਸਰੀਰ ਦਰਦ ਕਰਦਾ ਸੀ? ਹਾਂ, ਸਰੀਰ ਦਰਦ ਕਰਦਾ ਸੀਗਾ ਜੀ। ਤੇ ਸਾਹ ਚੜਦਾ ਸੀ? ਹਾਂ, ਸਾਹ ਵੀ ਚੜਦਾ ਸੀਗਾ ਜੀ। ਤੇ ਪਿਸ਼ਾਬ ਕਿਵੇਂ ਆਉਂਦਾ ਸੀ? ਪਿਸ਼ਾਬ ਬਹੁਤ ਘੱਟ ਆ ਰਿਹਾ ਸੀਗਾ ਜੀ। ਤੇ ਕਮਜ਼ੋਰੀ? ਕਮਜ਼ੋਰੀ ਬਹੁਤ ਮਹਿਸੂਸ ਕਰਦਾ ਹੈਗਾ ਸਹੀ, ਕੁਛ ਨੀ, ਕੰਮ ਨੀ ਹੋ ਪਾ ਰਿਹਾ। ਠੀਕ ਹੈ ਜੀ। ਕਿੰਨੀ ਕੁ ਪੁਰਾਣੀ ਬਿਮਾਰੀ ਸੀ ਜੀ ਤੁਹਾਡੀ? ਬਿਮਾਰੀ ਮੇਰੀ 2 ਸਾਲ ਪੁਰਾਣੀ ਸੀਗੀ ਬਿਮਾਰੀ, 2-2.5 ਸਾਲ। ਇੱਥੇ ਕਿਹਨੇ ਭੇਜਿਆ ਸੀ ਜੀ ਤੁਹਾਨੂੰ? ਇੱਥੇ ਮੈਨੂੰ ਇਸ ਡਾਕਟਰ ਸਾਹਿਬ ਕੋਲੇ ਭੇਜਿਆ ਜੀ। ਇੱਥੇ ਮੈਨੂੰ ਮੇਰਾ ਯਾਰ ਦੋਸਤ ਸੀਗਾ ਬੇਅੰਤ ਸਿੰਘ, ਉਹਨੇ ਭੇਜਿਆ ਸੀਗਾ, ਉਹ ਲੈ ਕੇ ਆਏ ਸੀ ਮੈਨੂੰ ਇੱਥੇ, ਉਹ ਆਪ ਠੀਕ ਹੋ ਗਏ ਇੱਥੋਂ। ਤੇ ਕਿੱਥੋਂ ਕਿੱਥੋਂ ਇਲਾਜ ਕਰਾਇਆ ਸੀ ਤੁਸੀਂ ਇੱਥੇ ਆਉਣ ਤੋਂ ਪਹਿਲਾਂ ਜੀ? ਇੱਥੇ ਆਉਣ ਤੋਂ ਪਹਿਲਾਂ ਮੈਂ ਇਲਾਜ ਕਰਾਇਆ ਜੀ ਬਾਘਾ ਪੁਰਾਣਾ ਤੋਂ, ਸਮਾਲਸਰ ਤੋਂ ਤੇ ਮੋਗੇ ਤੋਂ ਤੇ ਹੋਰ ਵੀ ਥਾਵਾਂ ਤੋਂ ਕਰਾਇਆ ਸੀਗਾ ਤੇ ਮੈਨੂੰ ਪਰ ਫਾਇਦਾ ਨਹੀਂ ਹੋਇਆ ਸੀ। ਤੇ ਖਰਚਾ ਕਿੰਨਾ ਕ ਆ ਗਿਆ ਸੀ ਇਸ ਇਲਾਜ ਤੇ ਤੁਹਾਡਾ? ਇਸ ਇਲਾਜ ਤੇ ਮੇਰਾ ਖਰਚਾ ਆ ਗਿਆ ਜੀ ਘੱਟ ਤੋਂ ਘੱਟ 50,000 ਰੁਪਏ ਦੇ ਲਗਭਗ ਮੇਰਾ ਖਰਚਾ ਆ ਗਿਆ। ਤੇ ਆਰਾਮ ਕਿੰਨਾ ਸੀ ਜੀ ਉਸ ਇਲਾਜ ਨਾਲ ਤੁਹਾਨੂੰ? ਆਰਾਮ ਮੈਨੂੰ ਕੋਈ ਆਰਾਮ ਨਹੀਂ ਆਈ ਮੈਨੂੰ ਉਸ ਇਲਾਜ ਨਾਲ। ਤੇ ਡਾਕਟਰ ਕੀ ਕਹਿੰਦੇ ਸੀ ਜੀ? ਡਾਕਟਰ ਸਲਾਹ ਦਿੰਦੇ ਵੀ ਆਰਾਮ ਆਜੂਗਾ, ਤੁਹਾਨੂੰ ਦਵਾਈ ਲੈ ਦਿੰਦੇ ਸੀਗੇ ਪਰ ਫਾਇਦਾ ਨਹੀਂ ਹੁੰਦਾ। ਤੇ ਜਦੋਂ ਇੱਥੇ ਆਏ ਸੀ ਤੁਸੀਂ ਕੀ ਉਦੋਂ ਕੀ ਹਾਲ ਸੀ ਤੁਹਾਡਾ? ਜਦੋਂ ਮੈਂ ਇੱਥੇ ਡਾਕਟਰ ਸਾਹਿਬ ਕੋਲੇ ਆਇਆ ਤਾਂ ਮੇਰੇ ਪੈਰਾਂ ਹੱਥਾਂ ਤੇ ਸੋਜ ਸੀਗੀ, ਮੂੰਹ ਤੇ ਸੋਜ ਸੀਗੀ, ਤਾਂ ਮੈਨੂੰ ਡਾਕਟਰ ਸਾਹਿਬ ਨੇ ਕਿਹਾ ਵੀ ਟੈਸਟ ਕਰਵਾਵਾਂਗੇ ਸਰ, ਤੁਹਾਡੇ ਆਹ ਤੇ ਆ ਤੁਹਾਨੂੰ ਪ੍ਰੋਬਲਮ ਹੈ। ਤੇ ਉਹ ਜਿਹੜੇ ਡਾਕਟਰ ਸਾਹਿਬ ਨੇ ਟੈਸਟ ਕਰਵਾਏ ਆ ਉਹੀ ਮਸ਼ੀਨ ਨੇ ਦੱਸੇ ਆ, ਤਾਂ ਮੈਨੂੰ ਇਹਨਾਂ ਨੇ ਦਵਾਈ ਦਿੱਤੀ ਆ 5 ਦਿਨ ਦੀ। 5 ਦਿਨ ਦੀ ਦਵਾਈ ਖਾ ਕੇ ਜੀ ਮੈਂ ਹੁਣ ਠੀਕ ਠਾਕ ਹਾਂ ਤੇ ਦੁਬਾਰੇ ਦਵਾਈ ਫੇਰ ਲੈਣਾ ਆ, ਜਿਹੜੀ ਕਿ 5 ਦਿਨ ਦੀ ਦਵਾਈ ਦਾ ਖਰਚਾ ਸੀਗਾ ਸਿਰਫ 700-800 ਰੁਪਇਆ। ਕਿੰਨੀ ਦੇਰ ਇਲਾਜ ਚੱਲਿਆ ਜੀ ਇੱਥੇ ਤੁਹਾਡਾ? ਇੱਥੇ ਮੇਰਾ ਇਲਾਜ ਇਸ ਤਰ੍ਹਾਂ, ਇਸ ਜਗ੍ਹਾ ਤੇ ਇਲਾਜ ਮੇਰਾ ਚੱਲਿਆ ਜੀ 10 ਕੁ ਦਿਨ ਦਾ ਤਕਰੀਬਨ ਟ੍ਰੀਟਮੈਂਟ ਹੋਈ ਆ। ਤੇ ਖਰਚਾ ਕਿੰਨਾ ਕ ਆ ਗਿਆ ਇੱਥੇ ਤੁਹਾਡਾ? ਇੱਥੇ ਮੇਰਾ ਖਰਚਾ ਸਰ ਜੀ 1,000-1,200 ਦੇ ਲਗਭਗ ਆਇਆ ਮੇਰਾ। ਤੇ ਤੁਹਾਨੂੰ ਇਲਾਜ ਕਿਵੇਂ ਲੱਗਿਆ ਇੱਥੇ ਡਾਕਟਰ ਸਾਹਿਬ ਦਾ? ਇੱਥੋਂ ਦਾ ਇਲਾਜ ਮੈਨੂੰ ਬਹੁਤ ਵਧੀਆ ਲੱਗਿਆ ਜੀ, ਡਾਕਟਰ ਸਾਹਿਬ ਦੇ ਖਿਆਲ ਆ ਜਿਹੜੇ ਬਹੁਤ ਵਧੀਆ ਨੇ ਤੇ ਪੁੱਛ ਗਿਆ ਬਹੁਤ ਵਧੀਆ। ਬਾਕੀਆਂ ਨਾਲੋਂ ਫਰਕ ਲੱਗਾ ਤੁਹਾਨੂੰ ਇੱਥੇ ਦਾ ਇਲਾਜ ਨਾਲ? ਬਾਕੀਆਂ ਡਾਕਟਰਾਂ ਨਾਲ ਮੈਨੂੰ ਬਹੁਤ ਜ਼ਿਆਦਾ ਚੰਗਾ ਸੁਭਾਅ ਲੱਗਿਆ ਡਾਕਟਰ ਸਾਹਿਬ ਦਾ ਇਲਾਜ ਦਾ। ਦਵਾਈ ਲੈਣ ਵਿੱਚ ਕੋਈ ਪਰੇਸ਼ਾਨੀ ਹੁੰਦੀ ਹੈ ਤੁਹਾਨੂੰ? ਦਵਾਈ ਲੈਣ ਦੇ ਵਿੱਚ ਮੈਨੂੰ ਕੋਈ ਪਰੇਸ਼ਾਨੀ ਨਹੀਂ, ਡਾਕਟਰ ਸਾਹਿਬ ਚੰਗੀ ਤਰ੍ਹਾਂ ਬੈਠ ਕੇ ਸਮਝਾਉਂਦੇ ਨੇ ਕੋਲੇ ਆਪਦੇ, ਇਸ ਤਰ੍ਹਾਂ ਦੀ ਗੱਲ ਨਹੀਂ ਜਾਂਦੀ। ਅੱਛਾ, ਕੀ ਤੁਸੀਂ ਡਾਕਟਰ ਸਾਹਿਬ ਦੇ ਇਲਾਜ ਤੋਂ ਸੰਤੁਸ਼ਟ ਹੋ ਜੀ? ਹਾਂ ਜੀ, ਡਾਕਟਰ ਸਾਹਿਬ ਦੇ ਇਲਾਜ ਤੋਂ ਮੈਂ ਸੰਤੁਸ਼ਟ ਹਾਂ, ਇਸ ਕਰਕੇ ਬਾਕੀ ਦੇ ਮਰੀਜ਼ਾਂ ਨੂੰ ਮੈਂ ਇਹ ਕਹਿੰਦਾ ਵੀ ਜਲਦੀ ਤੋਂ ਜਲਦੀ ਡਾਕਟਰ ਸਾਹਿਬ ਨੂੰ ਮਿਲੋ ਤੇ ਜਿਹੜੇ ਆਪਣੇ ਪੁਰਾਣੇ ਰੋਗ ਆ ਉਹ ਆਪਣੇ ਜੜ੍ਹ ਚੋਂ ਖਤਮ ਕਰਾਓ ਤੇ ਜਲਦੀ ਸੰਪਰਕ ਕਰੋ। ਠੀਕ ਹੈ ਜੀ। ਹਾਂਜੀ ਡਾਕਟਰ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਬਾਰੇ? ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਜੀ ਆਹ ਮਰੀਜ਼ ਤੁਹਾਡੇ ਸਾਹਮਣੇ, ਅਸੀਂ ਤਾਂ ਕੀ ਦੱਸੀਏ, ਮਰੀਜ਼ ਤੁਹਾਨੂੰ ਖੁਦ ਹੀ ਦੱਸ ਰਹੇ ਆ। ਜਿਹੜਾ ਮੈਂ ਅਸੀਂ ਵਾਰ ਵਾਰ ਇਹੀ ਗੱਲ ਕਹਿੰਦੇ ਆ ਵੀ ਜਿਹੜੀਆਂ ਦੇਸੀ ਦਵਾਈਆਂ ਹੈਗੀਆਂ ਇਹ ਪੁਰਾਣੀਆਂ ਬਿਮਾਰੀਆਂ ਨੂੰ ਠੀਕ ਕਰਦੀਆਂ। ਜੇ ਕੋਈ ਨਵੀਂ ਬਿਮਾਰੀ ਹੁੰਦੀ ਆ ਉਹ ਬੰਦਾ ਇੰਗਲਿਸ਼ ਦਵਾਈ ਲੈ ਕੇ ਜਾਂ ਕੋਈ ਹੋਰ ਤਰ੍ਹਾਂ ਦੀਆਂ ਪੈਸਟੀਆਂ ਦੀ ਦਵਾਈ ਲੈ ਕੇ ਉਹ ਠੀਕ ਹੋ ਜਾਂਦਾ, ਪਰ ਜਿਹੜੇ ਪੁਰਾਣੇ ਬਿਮਾਰੀ ਆ, ਜਿਵੇਂ ਉਹਨਾਂ ਇਹ ਬੰਦਾ ਕਹਿ ਰਿਹਾ ਮੈਨੂੰ 1.5-2 ਸਾਲ ਤੋਂ ਮੇਰਾ ਇਲਾਜ ਚੱਲ ਰਿਹਾ ਪਰ ਮੈਨੂੰ ਫਰਕ ਨਹੀਂ ਪਿਆ, ਇਹਨੂੰ ਅਸੀਂ ਜਿਹੜੀ ਦੇਸੀ ਦਵਾਈ ਦਿੰਦੇ ਪਏ ਹਾਂ ਅਸੀਂ ਸ਼ੁਰੂ ਕੀਤੀ ਆ ਤੇ ਫਰਕ ਤੁਹਾਡੇ ਸਾਹਮਣੇ ਆ। ਮੈਂ ਸਾਰੇ ਮਰੀਜ਼ਾਂ ਨੂੰ ਇਹੀ ਸਲਾਹ ਦਊਂਗਾ ਵੀ ਜਿਹੜੇ ਕੋਈ ਪੁਰਾਣੇ ਮਰੀਜ਼ ਆ ਜਿਹੜੇ ਠੀਕ ਨਹੀਂ ਹੋ ਰਹੇ, ਇੱਧਰ ਉੱਧਰ ਧੱਕੇ ਖਾਂਦੇ ਫਿਰਦੇ ਹਸਪਤਾਲਾਂ 'ਚ, ਉਹ ਆਪਦਾ ਕੋਈ ਦੇਸੀ ਇਲਾਜ ਸ਼ੁਰੂ ਕਰਾਉਣ ਵਧੀਆ ਤੋਂ ਵਧੀਆ ਅਤੇ ਜਲਦੀ ਠੀਕ ਹੋਣ। ਧੰਨਵਾਦ।